ਤੇ ਇਹ ਹਾਦਸਾ ਵਾਪਰਿਆ ਹੈ ਬਾਈਕ ਅਤੇ ਕਾਰ ਦੀ ਟੱਕਰ ਹੋਈ ਆ ਦਰਅਸਲ ਚੌਰਾਹੇ ਇਹ ਸਾਹਮਣੇ ਤੋਂ ਬਰੀਜ਼ਾ ਗੱਡੀ ਆ ਰਹੀ ਸੀ ਸਾਈਡ ਤੋਂ ਬਾਈਕ ਆ ਰਿਆ ਸੀ ਬੁਲਟ ਮੋਟਰਸਾਈਕਲ ਸੀ ਤਿੰਨ ਨੌਜਵਾਨ ਸੀ ਬੁਲਟ ਤੇ ਤੇ ਤਿੰਨੇ ਨੌਜਵਾਨ ਜ਼ਖਮੀ ਹੋਏ ਨੇ ਜਾਨ ਬਚੀ ਆ ਪਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਕਿ ਤੇਜ਼ ਰਫਤਾਰ ਦੇ ਵਿੱਚ ਕਾਰ ਗੋਇੰਦਵਾਲ ਸਾਹਿਬ ਵਾਲੇ ਪਾਸਿਓਂ ਆ ਰਹੀ ਸੀ ਤੇ ਬੁਲਟ ਸਵਾਰ ਤਿੰਨੋਂ ਨੌਜਵਾਨ ਵੈਪੂਈ ਵਾਲੇ ਪਾਸੇ ਤੋਂ ਚਰਸਤੇ ਨੂੰ ਪਾਰ ਕਰ ਰਹੇ ਸਨ ਇਸੇ ਦੌਰਾਨ ਕਾਰ ਦੀ ਲਪੇਟ ਦੇ ਵਿੱਚ ਆ ਗਏ ਮੋਟਰਸਾਈਕਲ ਦੇ ਨਾਲ ਕਾਰ ਟਕਰਾ ਗਈ ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ ਹੈ ਹਾਲਾਂਕਿ ਜਨਿਮਤ ਰਹੀ ਹੈ ਕਿ ਜਾਨ ਬਚੀਆ ਪਰ ਪੂਰੀ ਵੀਡੀਓ ਵੀ ਤੁਹਾਨੂੰ ਦਿਖਾਉਣੀ ਹੈ ਕਿਸ ਢੰਗ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਤੇ ਹਾਦਸੇ ਤੋਂ ਬਾਅਦ ਲੋਕਾਂ ਨੇ ਜੋ ਉੱਥੇ ਮੌਕੇ ਤੇ ਮੌਜੂਦ ਲੋਕ ਸੀਗੇ ਉਹਨਾਂ ਨੇ ਵੀ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਇਹ ਤੇ ਉਸ ਦੌਰਾਨ ਦੱਸ ਦਈਏ ਕਿ ਉਹਨਾਂ ਨੇ ਹਸਪਤਾਲ ਪਹੁੰਚਾਇਆ ਤੇ ਜਿਹੜਾ ਬੁਲੇਟ ਹੈ ਉਹ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਗੱਡੀ ਵੀ ਨੁਕਸਾਨੀ ਗਈ